ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਧੋਆ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਰੂਪਨਗਰ ਪੁਲਿਸ ਵੱਲੋਂ ਹਮਲੇ ਦੇ ਮੁੱਖ ਦੋਸ਼ੀ ਅਰਜਵਿੰਦਰ ਸਿੰਘ, ਬਚਿੱਤਰ ਸਿੰਘ, ਮਨਦੀਪ ਸਿੰਘ, ਅਮਰਜੀਤ ਸਿੰਘ ਅਤੇ ਗੋਲਡੀ ਖਿਲਾਫ ਥਾਣਾ ਨੂਰਪੁਰ ਬੇਦੀ ਵਿੱਚ FIR ਦਰਜ ਕਰ ਲਈ ਗਈ ਹੈ। ਉਹਨਾਂ ਖਿਲਾਫ ਧਾਰਾ 307, 353, 148, 49, 25, 54, 69 ਆਰਮ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਮਨਦੀਪ ਸਿੰਘ, ਅਮਰਜੀਤ ਸਿੰਘ ਅਤੇ ਗੋਲਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਹਮਲੇ ਦਾ ਮੁੱਖ ਦੋਸ਼ੀ ਅਜਵਿੰਦਰ ਸਿੰਘ ਅਤੇ ਇਸਦਾ ਸਾਥੀ ਬਚਿੱਤਰ ਸਿੰਘ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਧੋਆ ਤੇ ਉਸ ਵੇਲੇ ਹਮਲਾ ਹੋਇਆ ਸੀ ਜਦੋਂ ਉਹ ਨੂਰਪੁਰ ਬੇਦੀ ਦੇ ਪਿੰਡ ਬੇਈਹਾਰਾ ਦੇ ਪਿੰਡ ਵਿੱਚ ਨਜਾਇਜ਼ ਮਾਈਨਿੰਗ ਤੇ ਛਾਪੇਮਾਰੀ ਕਰਨ ਲਈ ਗਏ ਸਨ। ਇਸ ਦੌਰਾਨ ਹਮਲੇ 'ਚ ਉਹਨਾਂ ਨੂੰ ਸੱਟਾਂ ਵੀ ਲੱਗੀਆਂ, ਜਿਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਨੇ PGI ਰੈਫਰ ਕਰ ਦਿੱਤਾ ਸੀ। ਤੌਰ 'ਤੇ ਅਜਵਿੰਦਰ ਸਰਪੰਚ ਹੈ, ਨਾਲ ਇਹਦੇ ਬਚਿੱਤਰ ਹੈ ਅਤੇ 3 ਆਦਮੀ ਹੋਰ ਨੇ ਜਿਹੜੇ ਇਹਦੇ ਤਾਏ ਦੇ ਬੇਟੇ ਨੇ, ਇੱਕ ਇਹਦਾ ਤਾਇਆ, ਇਹ 5 ਆਦਮੀ ਆਈਡੈਂਟੀਫਾਈ ਹੋਏ ਨੇ ਜਿਹੜੇ ਇਹਦੇ। ਜਦੋਂ ਮੈਂ ਗਿਆ ਮੌਕੇ ਤੇ ਕੁਛ ਵੀ ਨਹੀਂ ਸੀਗਾ, ਪਰ ਅਸੀਂ ਮੌਕੇ ਤੇ ਜਿਹੜੇ ਪ੍ਰਸ਼ਾਸਨ ਵਾਲੇ ਮਾਈਨਿੰਗ ਵਾਲੇ ਅਫਸਰ ਨੇ, ADC ਸਾਹਿਬ ਨੇ, ਉਹਨਾਂ ਨੂੰ, SDM ਸਾਹਿਬ ਨੇ ਉਹਨਾਂ ਨੂੰ ਬੁਲਾਇਆ, ਉਹ ਵੈਰੀਫਾਈ ਕਰਕੇ ਸਾਨੂੰ ਜਿਹੜੇ ਬਿਆਨ ਦੇ ਨਾਲ ਅਸੀਂ MLA ਸਾਹਿਬ ਦੇ ਨਾਲ ਚਲੇ ਗਏ, ਉਹਨਾਂ ਨਾਲ ਸੰਪਰਕ ਕਰਕੇ ਅਸੀਂ ਹੁਣ ਪਰਚਾ ਇਸ ਟਾਈਮ ਤੇ ਇਹਦੇ 'ਚ ਮੋਸਟ ਆਫ ਦੀ ਅਸੀਂ 307 ਲਾਵਾਂਗੇ, ਸਟ੍ਰਿੰਜੈਂਟ ਧਾਰਾਵਾਂ। ਪੁਲਿਸ ਵਾਲਿਆਂ ਤੇ ਵੀ ਕਿਹਾ ਸਰ, ਉਹਨਾਂ ਨੂੰ ਵੀ ਕੋਈ ਗਨਮੈਨ ਮਿਲੇ ਹੋਏ ਸੀ? ਸਾਡੀ ਨੌਲੇਜ ਤਾਂ ਨਹੀਂ ਹੈ, ਸਾਡੇ ਕਿੱਡੀਆਂ ਜ਼ਿਲ੍ਹਾ ਪ੍ਰਸ਼ਾਸਨ ਕਿੱਡੀਆਂ ਕੋਈ ਗੱਲ ਨਹੀਂ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੂਡੇ।